1984 ਦੇ ਸਿੱਖ ਨਸਲਕੁਸ਼ੀ ਮਾਮਲੇ ਦੇ ਵਿੱਚ ਦਿੱਲੀ ਦੇ ਜਮਨਾਪਾਰ ਦੇ ਸ਼ਾਦਰਾ ਇਲਾਕੇ ਦਾ ਇੱਕ ਐਸਾ ਕੇਸ ਜਿਹਦੀ ਐਫ ਆਈ ਆਰ 1991 ਦੇ ਵਿੱਚ ਹੋਈ ਸੀਗੀ। ਉਸ ਮੈਟਰ ਦੇ ਉੱਪਰ ਐਸ ਆਈ ਟੀ ਵੱਲੋਂ ਜਿਹੜਾ ਹੈਗਾ ਪੁਰਜ਼ੋਰ ਉਹਦੀ ਸੁਣਵਾਈ ਸ਼ੁਰੂ ਕੀਤੀ ਗਈ ਹੈਗੀ ਆ। ਉਹ ਕੀ ਉਹ ਮਾਮਲਾ ਹੈਗਾ ਉਹਦੇ ਬਾਰੇ ਜਾਣਕਾਰੀ ਲੈਂਦੇ ਆ। ਸਾਡੇ ਨਾਲ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਲੀਗਲ ਹੈੱਡ ਜਿਹੜੇ ਨੇ ਜਗਦੀਪ ਸਿੰਘ ਕਾਹਲੋਂ ਸਾਹਿਬ, ਉਹ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਹਲੋਂ ਸਾਹਿਬ, ਕੀ ਇਹ ਮੈਟਰ ਸੀਗਾ, ਕਿਹੜਾ ਕੇਸ ਸੀਗਾ ਜਿਹੜਾ ਅੱਜ ਜਿਹੜਾ ਐਸ ਆਈ ਟੀ ਨੇ ਦੁਬਾਰਾ ਇਹਨੂੰ ਖੋਲਿਆ? ਇਹ ਕੇਸ 1984 ਦਾ ਕਤਲੇਆਮ ਦਾ ਕੇਸ ਸੀ ਜੀ। ਜਮਨਾਪਾਰ ਛੱਜੂ ਕਲੋਨੀ ਬਾਬਰਪੁਰ ਦਾ ਕੇਸ ਹੈ, ਜਿੱਥੇ 1984 ਦੇ ਵਿੱਚ 2 ਨਵੰਬਰ ਨੂੰ ਇੱਕ ਪਰਿਵਾਰ ਦੇ 7 ਜੀਆਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਔਰ ਉਸ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੁੰਦੀ। ਉਹਨਾਂ ਦੇ ਵਿੱਚੋਂ ਪਰਿਵਾਰ ਦਾ ਇੱਕ ਮੈਂਬਰ ਬਚ ਜਾਂਦਾ ਹੈ ਜਿਸ ਦਾ ਨਾਮ ਸਰਦੂਲ ਸਿੰਘ ਹੈ ਔਰ ਉਹ ਥਾਣੇ ਦੇ ਵਿੱਚ ਉੱਥੇ ਜਾਂਦਾ ਹੈ ਸ਼ਾਦਰਾ। ਉਸ ਦੀ ਕੋਈ ਐਫ ਆਈ ਆਰ ਨਹੀਂ ਹੁੰਦੀ, ਕੋਈ ਸੁਣਵਾਈ ਨਹੀਂ ਹੁੰਦੀ। ਅਲਟੀਮੇਟਲੀ 1991 ਦੇ ਵਿੱਚ ਉਹ ਰੰਗਨਾਥ ਕਮਿਸ਼ਨ ਦੇ ਕੋਲ ਆਪਣੀ ਇੱਕ ਐਫੀਡੇਵਿਟ ਸਬਮਿਟ ਕਰਦਾ ਹੈ ਜਿਸ ਦੇ ਬੇਸ ਦੇ ਉੱਤੇ ਉਸ ਦੀ ਰਿਕਮੈਂਡੇਸ਼ਨ ਹੁੰਦੀ ਹੈ ਐਫ ਆਈ ਆਰ ਦੀ। ਅਤੇ 1991 ਦੇ ਵਿੱਚ 137 ਨੰਬਰ ਐਫ ਆਈ ਆਰ ਜਿਹੜੀ ਉਹ ਲੌਜ ਹੁੰਦੀ ਹੈ। ਲੇਕਿਨ ਐਫ ਆਈ ਆਰ ਲੌਜ ਹੋਣ ਤੋਂ ਬਾਅਦ ਵੀ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ, ਇੰਨਾ ਲੰਬਾ ਸਮਾਂ ਉਹ ਕੇਸ ਜਿਹੜਾ ਡੈਡ ਪਿਆ ਰਿਹਾ। 1915 ਦੇ ਵਿੱਚ ਜਿਹੜੀ ਐਸ ਆਈ ਟੀ ਫੋਰਮ ਕੀਤੀ, ਐਸ ਆਈ ਟੀ ਨੇ ਇਸ ਕੇਸ ਨੂੰ ਪਰਸਿਊ ਕੀਤਾ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਵਕੀਲ ਸਾਹਿਬ ਔਰ ਸਾਡਾ ਲੀਗਲ ਸੈੱਲ ਇਸ ਦੇ ਉੱਤੇ, ਕਿਉਂਕਿ ਲਗਾਤਾਰ ਐਸ ਆਈ ਟੀ ਦੇ ਨਾਲ ਤਾਲਮੇਲ ਦੇ ਨਾਲ ਕੰਮ ਕਰ ਰਿਹਾ ਹੈ ਔਰ ਅਸੀਂ ਇਸ ਕੇਸ ਨੂੰ ਪਰਸਿਊ ਕੀਤਾ। ਐਸ ਆਈ ਟੀ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਰੀ ਜਦੋਂ ਇਸਦੀ ਛਾਣਬੀਣ ਕੀਤੀ ਅਤੇ ਉਸ ਦੇ ਵਿੱਚ ਜਿਹੜੇ ਦੋਸ਼ੀ ਸੀ, ਮੁਲਜ਼ਮ ਸੀ, 12 ਲੋਕ ਅਕਿਊਜ਼ ਸਨ ਉਹਦੇ ਵਿੱਚ, ਜਿਹਦੇ ਵਿੱਚੋਂ 4 ਲੋਕਾਂ ਦੀ ਡੈਥ ਹੋ ਚੁੱਕੀ ਹੈ, 8 ਜਣੇ ਜਿਹੜੇ ਆ ਉਹ ਉਹਦੇ ਵਿੱਚ ਅਜੇ ਵੀ ਜਿੰਦਾ ਹਨ। ਸੋ ਅੱਜ ਉਸ ਕੇਸ ਦੇ ਵਿੱਚ ਚਾਰਜ ਫਰੇਮ ਹੋਏ ਨੇ ਸ਼੍ਰੀ ਜਗਦੀਸ਼ ਕੁਮਾਰ ਜੀ ਦੀ ਕੋਰਟ ਦੇ ਵਿੱਚ ਖੜਕੜ ਡੋਮਾ ਔਰ ਉਸ ਦੇ ਉੱਤੇ ਜਿਹੜੀਆਂ ਤਾਰਾਂ ਲੱਗੀਆਂ ਹੈ 302 ਹੈ, 120 ਬੀ ਹੈ, 436, 145, ਇਹ ਸਾਰੀਆਂ ਤਾਰਾਂ ਜਿਹੜੀਆਂ ਉਹਨਾਂ ਦੇ ਉੱਤੇ ਲਗਾਈਆਂ ਗਈਆਂ। 201 ਲੱਗੀ ਹੈ ਕਿਉਂਕਿ ਉਹਨਾਂ ਨੇ ਐਵੀਡੈਂਸ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੇਸ ਦੀ ਹਿਸਟਰੀ ਕੀ ਹੈ, ਜੋ ਕੇਸ ਦੀ ਆਪਾਂ ਜੇ ਗੱਲ ਕਰਦੇ ਹਾਂ ਤਾਂ ਕੀ ਹੋਇਆ ਸੀਗਾ ਅਤੇ ਇਲਜ਼ਾਮ ਕਿਹੜੇ ਕਿਹੜੇ ਲੱਗੇ ਸੀਗੇ, ਕਿ ਐਕਚੁਅਲ ਸਟੋਰੀ ਕੀ? ਐਕਚੁਅਲ ਸਟੋਰੀ ਇਹ ਸੀ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ, ਕਤਲੇਆਮ ਤੋਂ ਉਸ ਦੇ ਬਾਅਦ ਜੋ ਸਿੱਖਾਂ ਦੇ ਉੱਤੇ ਕਤਲੇਆਮ ਹੋਣਾ ਸ਼ੁਰੂ ਹੋਇਆ, ਉਸੇ ਲੜੀ ਦੇ ਵਿੱਚ ਇਹ ਇਸ ਪਰਿਵਾਰ ਦੇ ਉੱਤੇ ਵੀ ਅਟੈਕ ਹੋਇਆ ਔਰ ਉਸ ਅਟੈਕ ਦੇ ਵਿੱਚ ਇਹਨਾਂ ਦਾ ਇੱਕ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਕਿ ਇੱਕ ਮੈਂਬਰ ਜਿਹੜਾ ਉਹ ਕਿਤੇ ਜਾ ਕੇ ਛੁੱਪ ਗਿਆ ਔਰ ਬਚ ਗਿਆ, ਬਾਕੀ ਦੇ ਜਿਹੜੇ 7 ਮੈਂਬਰ ਸਨ ਜਿਹਦੇ ਵਿੱਚ 4 ਉਹਨਾਂ ਦੀਆਂ ਬੇਟੀਆਂ, ਇੱਕ ਬੇਟਾ ਔਰ 2 ਮਾਤਾ ਪਿਤਾ, ਇਹ ਟੋਟਲ 7 ਮੈਂਬਰ ਇੱਕ ਪਰਿਵਾਰ ਦੇ ਸੀ ਜਿਨ੍ਹਾਂ ਦਾ ਕਤਲ ਹੋਇਆ ਸੀ ਔਰ ਉਸਦੀ ਅੱਗੇ ਕੋਈ ਤਸਦੀਕ ਅੱਗੇ ਨਹੀਂ ਹੋਈ, ਨਾ ਹੀ ਉਸ ਕੇਸ ਨੂੰ ਕੋਈ ਪਰਸਿਊ ਹੋਇਆ ਔਰ ਇਹ ਬਹੁਤ ਵੱਡਾ ਇੱਕ, ਮੈਂ ਸਮਝਦਾ, ਤ੍ਰਾਸਦੀ ਸੀ ਕਿ ਇਸ ਇੰਨਾ ਵੱਡਾ ਕਾਂਡ ਹੋਇਆ, ਇੰਨਾ ਵੱਡਾ ਕਤਲੇਆਮ ਹੋਇਆ, ਇਸ ਦੀ ਕੋਈ ਐਫ ਆਈ ਆਰ ਨਹੀਂ ਕੀਤੀ ਗਈ, ਕੋਈ ਇਸ ਕੇਸ ਦੇ ਉੱਤੇ ਐਕਸ਼ਨ ਨਹੀਂ ਲਿਆ ਗਿਆ। ਪਰ ਹੁਣ ਐਸ ਆਈ ਟੀ ਨੇ ਇਹ ਜਿਹੜਾ ਕੇਸ ਦੀ ਪੜਤਾਲ ਕੀਤੀ ਔਰ ਅੱਜ ਇੱਕ ਕਿਰਨ ਜਿਹੜੀ ਆ ਉਹ ਹੋਪ ਜਿਹੜੀ ਆ ਸਾਨੂੰ ਲੱਗ ਰਹੀ ਹੈ ਕਿ ਇਹਨਾਂ ਨੂੰ ਸਜ਼ਾ ਜ਼ਰੂਰ ਹੋਏਗੀ। ਜਿਹੜੇ ਉਹ ਜਿਹੜੇ ਇੱਕ ਤੁਸੀਂ ਦੱਸ ਰਹੇ ਕਿ ਲੁਕ ਗਏ ਸੀਗੇ, ਉਹ ਅੱਜ ਤੁਹਾਡੇ ਸੰਪਰਕ ਦੇ ਵਿੱਚ ਹੈਗੇ, ਉਹ ਮੌਜੂਦ ਨੇ? ਬਿਲਕੁਲ, ਉਹ ਸਾਡੇ ਸੰਪਰਕ 'ਚ ਹੈ ਜੀ, ਸਾਡੇ ਵਕੀਲ ਹੋਰਾ ਸਾਹਿਬ ਦੇ ਨਾਲ ਉਹਨਾਂ ਨੇ ਰੈਗੂਲਰ ਇਸ ਕੇਸ ਦੇ ਵਿੱਚ ਜਿਹੜੀ ਪੈਰਵਾਈ ਹੋਈ ਆ ਉਹ ਸਾਰਾ ਉਹਨਾਂ ਦੇ ਨਾਲ ਤਾਲਮੇਲ ਬਣਾ ਕੇ ਸਾਰੀ ਇਨਫੋਰਮੇਸ਼ਨ ਜੋ ਵੀ ਗੈਦਰ ਕੀਤੀਆਂ, ਜੋ ਐਵੀਡੈਂਸ ਸਨ, ਐਸ ਆਈ ਟੀ ਦੇ ਨਾਲ ਤਾਲਮੇਲ ਬਣਾ ਕੇ ਉਹ ਸਾਰਾ ਤਾਂ ਹੀ ਇਸ ਸਟੇਜ ਦੇ ਉੱਤੇ ਕੇਸ ਜਿਹੜਾ ਪਹੁੰਚਿਆ। 1991 ਦੇ ਵਿੱਚ ਐਫ ਆਈ ਆਰ ਹੋਈ ਸੀ, ਉਦੋਂ ਕੀ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਗਿਆ ਸੀ, ਉਹਦੇ ਉੱਪਰ ਕੋਈ ਕੇਸ ਨਹੀਂ ਬਣਿਆ ਸੀਗਾ ਔਰ ਅੱਜ ਜੋ ਅੱਜ ਤੋਂ ਪਹਿਲੇ ਜਿਹੜਾ ਹੈਗਾ ਤੁਸੀਂ ਕਹ ਰਹੇ ਹੋ ਕਿ ਫਰੇਮ ਚਾਰਜ ਜਿਹੜੇ ਹੈਗੇ ਫਰੇਮ ਹੋਇਆ, ਕਿ ਅੱਜ ਤੋਂ ਪਹਿਲੇ ਵੀ ਕਦੀ ਕੋਈ ਚਾਰਜ ਨਹੀਂ ਸੀ ਫਰੇਮ ਹੋਇਆ? ਨਹੀਂ ਜੀ, ਇਹ 1991 ਜਿਹੜੀ ਐਫ ਆਈ ਆਰ ਹੋਈ ਆ ਉਸ ਤੋਂ ਬਾਅਦ ਇਸ ਐਫ ਆਈ ਆਰ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਇਹ ਬਿਲਕੁਲ ਐਫ ਆਈ ਆਰ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਔਰ ਕੋਈ ਕਾਰਵਾਈ ਨਹੀਂ ਹੋਈ। ਪਹਿਲੀ ਵਾਰੀ ਹੈਗੀ ਆ ਚਾਰਜ ਲੱਗੇ, ਪਹਿਲੀ ਵਾਰੀ ਚਾਰਜ ਲੱਗਿਆ ਇਸ ਤੇ। ਠੀਕ ਹੈ ਜੀ, ਲੀਗਲ ਕਿਹੜੇ ਫੈਕਟਸ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਕੇਸ ਦੇ ਜੋ ਕਿ ਹਰਪ੍ਰੀਤ ਸਿੰਘ ਹੋਰਾ ਸਾਡੇ ਨਾਲ ਜੋ ਐਡਵੋਕੇਟ ਨੇ ਉਹ ਸਾਡੇ ਨਾਲ ਮੌਜੂਦ ਨੇ। ਹੋਰਾ ਸਾਹਿਬ, ਕੀ ਕਹਿਣਾ ਚਾਹੋਗੇ, ਕਿਹੜੇ ਕਿਹੜੇ ਧਾਰਾਵਾਂ ਜਿਹੜੀ ਹੈਗੀ ਇਸ ਕੇਸ ਦੇ ਉੱਪਰ ਉਹਨਾਂ ਦੇ ਲੱਗੀਆਂ? ਦੇਖੋ ਇਹਦੇ 'ਚ ਪਹਿਲਾਂ ਤਾਂ ਇਹ ਦੇਖੋ ਜੀ, 12 ਅਕਿਊਜ਼ਡ ਬੰਦੇ ਨੇ ਜਿਹਚੋਂ 4 ਬੰਦਿਆਂ ਦੀ ਡੈਥ ਹੋ ਚੁੱਕੀ, 8 ਅਕਿਊਜ਼ਡ ਅੱਜ ਦੀ ਡੇਟ 'ਚ ਪ੍ਰੈਜ਼ੈਂਟ ਨੇ ਕੋਰਟ 'ਚ। ਹੁਣ ਉਹਨਾਂ 'ਤੇ ਅੱਜ ਚਾਰਜ ਫਰੇਮ ਹੋਏ ਨੇ 120 ਕੈਪੀਟਲ ਵੀ ਕ੍ਰਿਮੀਨਲ ਕੌਨਸਪੀਰੇਸੀ ਜਿਹਨੂੰ ਸਾਜਿਸ਼ ਕਹਿੰਦੇ ਆ ਉਹ ਲੱਗੀ ਹੈ, 302 ਮਰਡਰ ਦੀ ਜਿਹੜੀ ਕਤਲ ਦੀ ਕੇਸ ਆ ਉਹ ਲੱਗਾ, ਚਾਰਜ ਲੱਗਾ, 396 ਹੁੰਦੀ ਡਕੈਤੀ ਵਿਦ ਮਰਡਰ ਉਹ ਲੱਗਾ, ਉਸ ਤੋਂ ਇਲਾਵਾ 144, 147, 149 ਅਨਲੋਫੁਲ ਅਸੈਂਬਲੀ ਰਾਈਟਿੰਗ, 201 ਹੁੰਦਾ ਵੀ ਤੁਸੀਂ ਜਿਹੜੇ ਐਵੀਡੈਂਸ ਨੇ ਉਹਨਾਂ ਨੂੰ ਖਰਾਬ ਕੀਤਾ, ਉਹਨਾਂ ਨੂੰ ਡਿਸਅਪੀਅਰ ਕਰਵਾਇਆ ਉਹ ਲੱਗਾ,
नाले इस केस च फायर आर्म्स भी यूज किए एक्यूज परसन ने, इस करके 27 आर्म्स एक्ट भी लगा है। ਇਹ ਸਾਰੇ ਚਾਰजेस ਜਿਹੜੇ ਨੇ ਅੱਜ ਉਹਨਾਂ ਐਕਿਊਜ਼ ਪਰਸਨਸ ਤੇ ਫਰੇਮ ਹੋਏ ਨੇ। ਕੀ ਲੱਗਦਾ ਕਿਹੜੀ ਸੰਭਾਵਨਾ ਕਿਹੜੀ ਹੈਗੀ ਹੈ ਕਿ ਵੀ ਉਹਨਾਂ ਤੇ ਕਾਰਵਾਈ ਜਿਹੜੀ ਜਲਦ ਸ਼ੁਰੂ ਹੋਏਗੀ? ਦੇਖੋ ਪਹਿਲਾਂ ਤੇ ਦਿਸ ਇਜ਼ ਵੈਰੀ ਸ਼ੌਕਿੰਗ, ਮੈਂ ਤੁਹਾਨੂੰ ਇਹ ਗੱਲ ਕਹਾਂ ਵੀ 1991 ਦੀ FIR ਹੈ, ਮੈਂ 1991 'ਚ ਪੈਦਾ ਵੀ ਨਹੀਂ ਸੀ ਹੋਇਆ। ਉਸ ਤੋਂ ਬਾਅਦ ਜਿਹੜੇ ਤੁਸੀਂ 1984 ਦੇ ਸਾਰੇ ਮੁਕੱਦਮੇ ਦੇਖੋਗੇ ਨਾ, ਮੁਕੱਦਮੇ ਦਾ ਪੈਟਰਨ ਤੁਹਾਨੂੰ ਮੋਟਾ ਮੋਟਾ ਸੇਮ ਮਿਲੇਗਾ। ਕਿਤੇ FIR ਨਾ ਕਰਦੀ ਨਹੀਂ ਪੁਲਿਸ, FIR ਕਰਦੀ ਹੈ ਮੁਕੱਦਮੇ ਦਬਾ ਦਿੰਦੀ ਹੈ। ਜੇ ਕਿਤੇ ਮੁਕੱਦਮੇ ਕੋਰਟ ਤੱਕ ਕਿਸੇ ਤਰੀਕੇ ਖਿੱਚ ਕੇ ਪਹੁੰਚ ਵੀ ਜਾਂਦੇ ਨੇ, ਬੰਦੇ ਇਕੁਇਟ ਹੋ ਜਾਂਦੇ ਨੇ, ਟ੍ਰਾਇਲ ਠੀਕ ਤਰੀਕੇ ਨਾਲ ਕੀਤੇ ਨਹੀਂ ਜਾਂਦੇ। ਹੁਣ SIT ਬਣੀ ਹੈ, ਹੁਣ ਇਹਨਾਂ ਦੇ ਮੈਟਰਸ 'ਚ ਇਨਵੈਸਟੀਗੇਸ਼ਨ ਜਾਂ ਰੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ, ਤਾਂ ਜਾ ਕੇ ਹੁਣ ਇਹ ਮੁਕੱਦਮੇ ਜਿਹੜੇ ਨੇ ਉਹ ਕੋਰਟ 'ਚ ਆਉਣੇ ਸ਼ੁਰੂ ਹੋਏ ਨੇ, ਠੀਕ ਤਰੀਕੇ ਨਾਲ ਇਹਨਾਂ ਦੀ ਪੈਰਵਾਈ ਹੋਣੀ ਸ਼ੁਰੂ ਹੋਈ ਹੈ। ਔਰ ਹੁਣ ਤੁਸੀਂ ਹਾਈ ਕੋਰਟ ਦੇ ਜਿਹੜੇ ਜੱਜਮੈਂਟਸ ਆਏ ਨੇ 84 ਦੇ ਮੈਟਰ 'ਚ, ਤੁਸੀਂ ਉਹ ਦੇਖੋ, ਕੋਰਟ ਨੇ ਵੀ ਇਹਨਾਂ ਚੀਜ਼ਾਂ ਨੂੰ ਨੋਟ ਕੀਤਾ ਵੀ ਕਿਸ ਤਰ੍ਹਾਂ ਇਹ ਮੁਕੱਦਮੇ ਦਬਾਏ ਜਾਂਦੇ ਰਹਿਣੇ, ਜਾਂ ਇਹਨਾਂ 'ਚ ਇਨਵੈਸਟੀਗੇਸ਼ਨ ਠੀਕ ਨਹੀਂ ਹੋਈਆਂ, ਜਾਂ ਇਹਨਾਂ ਦੀ ਪੈਰਵਾਈਆਂ ਠੀਕ ਤਰੀਕੇ ਨਾਲ ਨਹੀਂ ਹੋਈਆਂ। ਸੋ ਹੁਣ ਅੱਜ ਚਾਰਜਸ ਫਰੇਮ ਹੋਏ ਨੇ। ਉਸ ਤੋਂ ਇਲਾਵਾ ਵੀ ਸਾਡੇ ਕੋਲ ਹੁਣ ਰੀਸੈਂਟ ਜੱਜਮੈਂਟਸ ਵੀ ਆਈਆਂ ਨੇ ਜਿਹੜੀ 84 ਸਾਡੀ ਆਈ ਬਿਲੀਵ ਕਿ ਲੀਗਲੀ ਸਾਨੂੰ ਅਸਿਸਟ ਕਰਨੀ ਹੈ। ਸੋ ਯੂ ਆਰ ਹੋਪਫੁਲ ਕਿ ਸਾਨੂੰ ਇਹਦੇ 'ਚ ਮੈਕਸਿਮਮ ਕਨਵਿਕਸ਼ਨਸ ਮਿਲਣ। ਤਕਰੀਬਨ 7-8 ਧਾਰਾਵਾਂ ਤੁਸੀਂ ਗਿਣਾ ਦਿੱਤੀਆਂ ਜਿਹੜੀ ਉਹਨਾਂ ਤੇ ਜਿਹੜੀਆਂ ਲੱਗੀਆਂ ਨੇ, ਤੇ ਪਰ ਫਿਰ ਵੀ ਕੀ ਸੰਭਾਵਨਾ ਹੈਗੀ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਏਗਾ ਜਾਂ ਹਮੇਸ਼ਾ ਦੀ ਤਰ੍ਹਾਂ ਜਿਹੜਾ ਉਹ ਵੀ ਬਸ ਨਿਕਲਣਗੇ? ਦੇਖੋ ਇਹਦੇ 'ਚ ਜਿਹੜੇ ਅਕਿਊਜ਼ਡ ਪਰਸਨਸ ਨੇ ਹਾਲੇ ਤੇ ਬੇਲ ਤੇ ਨੇ। ਹੁਣ ਅਸੀਂ ਆਪਣੀ ਸਾਰੀ ਲੀਗਲ ਟੀਮ ਨਾਲ, ਦਿੱਲੀ ਗੁਰਦੁਆਰਾ ਕਮੇਟੀ, ਮੈਂ ਬੈਠਾਂਗਾ, ਗੁਰਬਖਸ਼ ਜੀ ਬੈਠਣਗੇ, ਕਾਲੂ ਸਾਹਿਬ ਬੈਠਣਗੇ, ਅਸੀਂ ਹੁਣ ਲੀਗਲੀ ਇਹ ਦੇਖਾਂਗੇ ਵੀ ਜਿਹੜੀਆਂ ਉਹਨਾਂ ਦੇ ਬੇਲਸ ਦੇ ਫੈਕਟਰ ਨੇ ਉਹਨਾਂ ਤੇ ਅਸੀਂ ਕੀ ਕੰਮ ਕਰਨਾ ਹਾਲੇ। ਦੂਸਰਾ ਹੁਣ ਅਸੀਂ ਮੈਕਸਿਮਮ ਕਨਵਿਕਸ਼ਨਸ ਵਾਸਤੇ ਪੁਸ਼ ਕਰਨਾ, ਬਿਕਾਜ਼ ਸਾਨੂੰ ਚਾਰਜਸ ਫਰੇਮ ਹੋ ਗਏ, ਕੋਰਟ ਤੋਂ ਮਿਲ ਗਏ ਨੇ। ਹੁਣ ਸਾਡਾ ਅਗਲਾ ਟਾਰਗੇਟ ਇਹ ਹੈ ਵੀ ਜਿਹੜੇ ਵੀ ਵਿਟਨੈਸਿਸ ਹੋਣਗੇ, ਜਿਹੜੀਆਂ ਗਵਾਹੀਆਂ ਹੋਣਗੀਆਂ, ਉਹ ਅਸੀਂ ਇਸ ਹਿਸਾਬ ਨਾਲ ਪੈਰਵਾਈ ਕਰੀਏ ਮੈਟਰਸ ਦੀ SIT ਦੇ ਨਾਲ ਚੱਲ ਕੇ, ਵੀ ਇਹਨਾਂ 'ਚ ਅਸੀਂ ਮੈਕਸਿਮਮ ਕਨਵਿਕਸ਼ਨ ਸਿਕਿਓਰ ਕਰਕੇ ਲੈ ਕੇ ਆਈਏ। ਕਿਉਂਕਿ ਆਰਮਸ ਐਕਟ ਵੀ ਤੁਸੀਂ ਕਹਿ ਰਹੇ ਉੱਥੇ ਲੱਗਾ ਹੈਗਾ ਕਿ ਆਰਮਸ ਐਕਟ ਇੱਕ, ਉਸ ਤੋਂ ਇਲਾਵਾ ਕਈ ਧਾਰਾਵਾਂ ਬੜੀ ਮੋਟੀਆਂ ਮੋਟੀਆਂ ਧਾਰਾਵਾਂ ਲੱਗੀ ਹੈਗੀ ਹੈ ਨਾ, ਤੇ ਕਿ ਆਰਮਸ ਐਕਟ ਹੋਣ ਦੇ ਬਾਵਜੂਦ ਜਿਹੜਾ ਉਹਨਾਂ ਤੇ ਕਾਰਵਾਈ, ਮੈਨੂੰ ਲੱਗਦਾ ਕਿ ਜਲਦੀ ਹੋਣੀ ਚਾਹੀਦੀ ਹੈ। ਦੇਖੋ ਕਾਰਵਾਈ ਜਲਦੀ ਹੋਣੀ ਚਾਹੀਦੀ, ਔਰ ਹੁਣ ਤੁਸੀਂ ਮੈਟਰ ਦੀ ਇਹ ਵੀ ਦੇਖੋ, ਅਗਲੀ ਤਰੀਕ ਜਿਹੜੀ ਉਹ ਪਈ 29-30-31 AUGUST। ਸੋ ਜੱਜ ਸਾਹਿਬ ਨੇ ਵੀ ਮੇਰੇ, ਮੈਨੂੰ ਲੱਗਦਾ ਉਹਨਾਂ ਦੇ ਮਾਈਂਡ 'ਚ ਵੀ ਕਿਤੇ ਨਾ ਕਿਤੇ ਹੈਗਾ ਵੀ 34-35 ਸਾਲ ਹੋ ਗਏ ਨੇ ਮੈਟਰ ਨੂੰ, ਤੁਸੀਂ ਇਹ ਦੇਖੋ ਕਿੰਨੇ ਸਾਲ FIR ਨੂੰ ਹੋ ਗਏ ਨੇ। ਸੋ ਆਈ ਬਿਲੀਵ ਕੋਰਟ ਦੇ ਵੀ ਮਾਈਂਡ 'ਚ ਕਿਤੇ ਨਾ ਕਿਤੇ ਹੈਗਾ ਵੀ ਪ੍ਰੋਸੀਕਿਊਸ਼ਨ ਐਵੀਡੈਂਸ ਜਲਦੀ ਖਤਮ ਕੀਤੀ ਜਾਵੇ, ਨਹੀਂ ਵੀ ਹੁੰਦਾ ਤੇ ਅਸੀਂ ਮੈਂਸ਼ਨ ਕਰਾਂਗੇ ਡੇਟਸ ਵੀ ਇਹ ਮੈਟਰ ਬੜੇ ਟਾਈਮ ਤੋਂ ਪੈਂਡਿੰਗ ਨੇ, ਤੇ ਅਸੀਂ ਚਾਹੁੰਦੇ ਵੀ ਇਹਨਾਂ ਨੂੰ ਜਿੰਨੀ ਜਲਦੀ ਤੋਂ ਜਲਦੀ ਹੁੰਦਾ ਪ੍ਰੋਸੀਕਿਊਸ਼ਨ ਐਵੀਡੈਂਸ ਖਤਮ ਕੀਤੇ ਜਾਣ, ਫਾਈਨਲ ਆਰਗੂਮੈਂਟਸ ਇਹ ਮੈਟਰਸ ਲਿਆਂਦੇ ਜਾਣ, ਕਿਉਂਕਿ ਅਸੀਂ ਬੜੇ ਟਾਈਮ ਤੋਂ ਇਹਨੂੰ ਪਰਸਿਊ ਕੀਤਾ ਜਾ ਰਿਹਾ ਔਰ ਇਹਨੂੰ ਜਲਦੀ ਤੋਂ ਜਲਦੀ ਪਰਸਿਊ ਕਰਕੇ ਖਤਮ ਕੀਤਾ ਜਾਵੇ। ਠੀਕ ਹੈ ਜੀ, ਇਨਸਾਫ ਦੀ ਉਡੀਕ ਦੇ ਵਿੱਚ ਇੱਕ ਹੋਰ ਆਸ ਜਿਹੜੀ ਹੈਗੀ ਉਹ ਜਗੀ ਹੈਗੀ ਆ ਸ਼ਾਦਰਾ ਦੇ ਕੇਸ ਦੇ ਵਿੱਚ, ਜਿੱਥੇ ਕਿ 1991 ਦੀ FIR ਹੋਰ ਅੱਜ ਤਕਰੀਬਨ 28 ਸਾਲਾਂ ਬਾਅਦ ਜਿਹੜੀ ਹੈਗੀ ਉਹਦੀ FIR ਦੇ ਉੱਪਰ ਜੋ ਚਾਰਜਸ ਨੇ ਉਹ ਫਰੇਮ ਹੁੰਦੇ ਨੇ। ਦੇਖਦੇ ਹਾਂ ਕਿ ਜਿਹੜੀ ਮੋਟੀ ਮੋਟੀ ਧਾਰਾਵਾਂ ਲੱਗੀਆਂ ਕਿ ਹਜੇ ਵੀ ਉਹ ਕਾਨੂੰਨ ਦੇ ਸ਼ਿਕੰਜੇ ਤੋਂ ਮੁਜ਼ਰਮ ਬਾਹਰ ਰਹਿਣ 'ਚ ਬਚ ਸਕਣਗੇ ਜਾਂ ਜੋ ਕਿ ਸਲਾਖਾਂ ਦੇ ਪਿੱਛੇ ਜਾਣਗੇ। ਇਸੇ ਤਰੀਕੇ ਸਾਰੀ ਅਪਡੇਟ ਨਾਲ ਜੋੜਦੇ ਰਹਾਂਗੇ, ਦੇਖਦੇ ਰਹੋ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਬੋਲ।